ਨੀਟੂ ਭਾਜੀ ਇੱਕ ਹੀ ਕਹਿ ਦੋ ਆ ਗਿਆ ਨੀਟੂ ਸ਼ਾ ਗਿਆ ਨੀਟੂ ਹਲੇ ਨੀਟੂ ਕਿਆ ਦਾ ਜੱਦੋ ਚਲਾਇਆ ਹੈ ਇੱਧਰ ਤੱਕ ਆਇਆ ਦੋ ਮਿੰਟ ਆ ਬੰਦਾ ਜੀ ਜਿਹਨੇ ਠੱਗੀ ਦਿੱਤੀ ਹੈ ਮੈਨੂੰ ਲੱਗਦਾ ਉੱਤੇ ਆ ਪਰ ਮੈਂ ਇੰਨਾ ਪਰੇਸ਼ਾਨ ਹਾਂ ਸਾਰੇ ਭਰਾਵਾਂ ਨੂੰ ਅੱਜ ਆਪਣੀ ਨਾ ਲਾ ਦੀ ਠੱਗੀ ਬੜੀ ਵੱਡੀ ਹੋਈ ਆ ਆ ਬੰਦਾ ਜੀ ਇਹ ਬੰਦਾ ਹੈ ਜਿਹਨੇ ਠੱਗੀ ਮਾਰੀ ਆ ਵੀਰ ਨਾ ਇਹ ਮੇਰੇ ਹਿਸਾਬ ਦਾ ਕਿਰਾਇਆ 20 ਰੁਪਏ ਬੰਦਾ ਇਹਦੇ ਵੀਰ ਕੋਲ ਲੈ ਲਿਆ 100 ਰੁਪਿਆ ਕਿਰਾਇਆ ਲੈ ਚਾਰ ਬੰਦੇ ਆਪਣੇ ਵਾਲੇ ਆਪਣੇ ਵਾਲੇ ਆਪਣੇ ਵਾਲੇ ਜੇ ਜੇ ਇਹ ਪੈਸੇ ਦੇਣਾ ਕਾਹਦੇ ਪੈ ਦੋ ਇਹ ਦੇ ਜੈਜ ਕਰ ਆਪਣੇ ਭਾਜੀ ਗੁੰਡਾ ਬਦਮਾਸ਼ੀ ਦੇ ਨਾਲ ਇਹ ਬੰਦੇ ਨੇ ਪੈਸੇ ਮੇਰੇ ਕੋਲ ਲਏ ਆ ਚਲੋ ਠੀਕ ਆ ਮੇਰੇ ਕੋਲ ਭਾਜੀ 100 ਰੁਪਏ ਲਿਆ ਚੋਣਾਂ ਚੁੱਕਣ ਦਾ ਮੁੱਦਾ ਗੱਲ 100 ਦੀ ਨਹੀਂ ਗੱਲ 100 ਦੀ ਨਾ ਹੋਈ ਜਾਂਦੀ ਆ ਗੱਲ ਗਰੀਬ ਬੰਦੇ ਨਾਲ ਹੁੰਦਾ ਉਹਦਾ ਉਹ ਵਿਚਾਰਾ ਆਵਾਜ਼ ਹੀ ਚੱਕ ਸਕਦਾ ਡੀਡੂ ਭਾਈ ਜਲੰਧਰ ਦੇ ਤੁਸੀਂ ਕਿਹੜੇ ਕਮਿਸ਼ਨਰ ਸਾਹਿਬ ਦੇ ਅੱਗੇ ਬੇਨਤੀ ਕਰਨ ਦਾ ਡੀਡੂ ਸਾਹਿਬ ਦੇ ਅੱਗੇ ਡੀਸੀ ਸਾਹਿਬ ਦੇ ਅੱਗੇ ਐਸਐਚਓ ਸਾਹਿਬ ਦੇ ਅੱਗੇ ਇਦਾਂ ਦੇ ਬੰਦਿਆਂ ਨੂੰ ਜਿਹੜੇ ਡੀਡੂ ਭਾਈ 100 ਰੁਪਏ ਦੀ ਕੰਪਲੇਂਟ ਲੈ ਕੇ ਜਾਓਗੇ ਦੇਖੋ ਜੀ ਮੈਂ ਨਾ ਇਲੈਕਸ਼ਨ ਦੇ ਰਿਕਾਰਡਿੰਗ ਇੱਕ ਬੰਦੇ ਨੂੰ ਮਿਲਣ ਆਇਆ ਸੀਗਾ ਇੱਥੇ ਤੇ ਕੀ ਕੀਤਾ ਆ ਇੱਕ ਬੰਦਾ ਹੈਗਾ ਆਟੋ ਵਾਲਾ ਜਿਹਦੇ ਮੈਂ ਆਟੋ 'ਤੇ ਬੈਠਾ ਤੇ ਉਸ ਬੰਦੇ ਨੇ ਕੀ ਕੀਤਾ ਚੌਂਕ ਤੱਕ ਗਿਆ ਆ ਆਟੋ ਵਾਲਾ ਕਹਿੰਦਾ ਮੈਨੂੰ 100 ਰੁਪਏ ਦੇ ਦਿਉ ਮੈਨੂੰ 150 ਰੁਪਏ ਦੇ ਦਿਉ ਤੇ ਜੇ ਨਹੀਂ ਦਿਉਗੇ ਤਾਂ ਮੈਂ ਤੁਹਾਡੇ 'ਤੇ ਪਰਚਾ ਕਰਾ ਦੂੰਗਾ ਮੈਂ ਕਿਹਾ ਮੈਂ ਨੀਟੂ ਸ਼ੈਟਰਾਂ ਵਾਲਾ ਆ ਉਹਦਾ ਸਕੈਨਰ ਆ ਆਹ ਬੰਦਾ ਬੰਦੇ ਇਕੱਠੇ ਹੋਏ 3-4 ਵਾਲੇ ਬੰਦੇ ਉਹ ਤੁਸੀਂ ਦੇ ਪੈਸੇ ਤੂੰ ਦੇ ਪੈਸੇ ਯਾਨੀ ਕਿ ਮੈਂ ਦੇਖਿਆ ਵੀ ਅੰਮ੍ਰਿਤਸਰ ਆ ਕੇ ਮੈਂ ਯਾਰ ਇੱਕ ਬੰਦੇ ਨੇ ਇੱਕ ਇਸ ਬੰਦੇ ਨੇ ਇਹਦੇ ਕਰਕੇ ਬਾਕੀ ਆਟੋ ਵਾਲੇ ਵੀ ਬਦਨਾਮ ਹੋ ਰਹੇ ਆ ਬਾਕੀ ਮਿਹਨਤੀ ਬੰਦੇ ਆ ਇਸ ਬੰਦੇ ਨੇ ਜੋ ਮੇਰੇ ਨਾਲ ਕੀਤਾ ਬੜਾ ਬਸ ਲੁਕੀ ਕੀਤੀ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਵੀ ਜਿੰਨੇ ਆਟੋ ਵਾਲੇ ਹੈਗੇ ਦੇਖੋ ਇੱਕ ਬੰਦੇ ਨੇ ਗਲਤੀ ਕੀਤੀ ਹੈ ਇਹਦੇ ਤਾਂ ਮਤਲਬ ਕਿ ਪ੍ਰਸ਼ਾਸਨ ਡੀਸੀ ਕਮਿਸ਼ਨਰ ਜਾਂ ਕਿ ਐਸਐਚਓ ਸਬ ਇੰਸਪੈਕਟਰ ਸਾਹਿਬ ਜਾਂ ਇੰਸਪੈਕਟਰ ਸਾਹਿਬ ਹੋ ਗਏ ਜਾਂ ਆਪਣੇ ਡੀਟੀਓ ਸਾਹਿਬ ਹੋ ਗਏ ਕੋਈ ਵੀ ਹੈ ਵੀ ਏਦਾਂ ਦੇ ਜਿਹੜੇ ਬੰਦੇ ਆ ਇਹਨਾਂ ਨੂੰ ਨੱਥ ਪਾਈ ਜਾਵੇ ਉਹ ਜੇ ਕੋਈ ਆਮ ਬੰਦਾ ਬਹਿੰਦਾ ਪਹਿਲਾਂ ਆਟੋ ਵਾਲੇ ਨਾਲ ਗੱਲ ਕਰਕੇ ਫਿਰ ਉਸ ਆਟੋ 'ਤੇ ਬੈਠਿਆ ਜਾਵੇ ਨਹੀਂ ਤੇ ਇਦਾਂ ਦੇ ਮੱਝ ਮੇਰੇ ਨਾਲ ਧੱਕਾ ਹੋ ਗਿਆ ਦੇਖੋ ਜੀ ਆਹ ਦੇਖੋ ਦੁਖੀ ਹੋਇਆ ਤੇ ਬੰਦੇ ਇਕੱਠੇ ਹੋਏ ਕਹਿੰਦੇ ਵੀ ਇਹਨੇ ਨਸ਼ਾ ਕੀਤਾ ਆਟੋ ਵਾਲੇ ਨੇ ਇਸ ਬੰਦੇ ਨਸ਼ਾ ਕੀਤਾ ਭਾਈ ਤੁਸੀਂ ਪੈਸੇ ਦੇ ਦਿਓ ਮੈਂ ਕਿਹਾ ਗੱਲ ਪੈਸਿਆਂ ਦੀ ਨਹੀਂ ਹੈਗੀ ਯਾਰ ਅੱਜ ਮੇਰੇ ਨਾਲ ਠੱਗੀ ਹੋਣ ਦੀ ਐਡੇ ਮਤਲਬ ਚਾਰ ਬੰਦੇ ਆ ਜਿਹੜੇ ਸੁਣਦੇ ਪਏ ਕਿ ਮੇਰੇ ਨਾਲ ਠੱਗੀ ਹੋਈ ਹੈ ਤੇ ਕੱਲ੍ਹ ਲੋਕਾਂ ਨਾਲ ਆਮ ਬੰਦੇ ਨਾਲ ਕਿੰਨੀ ਠੱਗੀ ਕਰਦੇ ਹੋਣਗੇ ਤੇ ਮੈਂ ਪੁਲਿਸ ਪ੍ਰਸ਼ਾਸਨ ਜਾਂ ਕਮਿਸ਼ਨਰ ਸਾਹਿਬ ਜਾਂ ਆਮ ਲੋਕਾਂ ਵਾਸਤੇ ਮੰਗ ਕਰਦਾ ਵੀ ਜਿਹਨੇ ਆਟੋ 'ਤੇ ਬਹਿਣਾ ਸੋਚ ਸਮਝ ਬੈਠੇ ਆਹ ਵਾਲੇ ਬੰਦੇ ਨੇ ਮੇਰੇ ਨਾਲ ਠੱਗੀ ਕੀਤੀ ਹੈ ਜੀ ਮੈਂ ਕੋਈ ਰੱਬ ਦੀ ਕਸਮ ਲੱਗੇ ਮੈਂ ਝੂਠ ਨਹੀਂ ਮਾਰਦਾ ਨਹੀਂ ਤੇ ਮੇਰਾ ਆਟੋ ਵਾਲੇ ਦੂਜੇ ਆਟੋ ਵਾਲੇ ਕੀਤਾ ਮੈਂ ਕਿੰਨੇ ਪੈਸੇ ਭਾਜੀ ਉਹ ਕਹਿੰਦਾ 70 ਰੁਪਏ ਮੈਂ ਉਹਨੂੰ 70 ਰੁਪਏ ਤੇ ਮੈਨੂੰ ਛੱਡ ਆਇਆ ਵਿਚਾਰਾ ਮੈਂ ਤਾਂ ਕਹਿੰਦਾ ਵੀ ਜੇ ਮੇਰੇ ਨਾਲ ਠੱਗੀ ਹੋ ਜਾਈ ਤਾਂ ਦੁਨੀਆਂ ਦਾ ਕੀ ਹੁੰਦਾ ਹੋਊਗਾ ਬੜਾ ਦੁੱਖ ਲੱਗਾ ਯਾਰ ਸੀ ਵੀ ਕਦੀ ਕਿਸੇ ਦਾ ਸਮਾਨ ਖੋਇਆ ਜਾਂਦਾ ਆਟੋ ਵਾਲਾ ਕਦੀ ਕੁਛ ਖੋਇਆ ਜਾਂਦਾ ਅੱਜ ਇਸ ਆਟੋ ਵਾਲੇ ਦੀ ਸ਼ਕਲ ਦੇਖ ਲਓ ਇਸ ਬੰਦੇ ਨੇ ਕੀਤੀ ਠੱਗੀ ਮੇਰੇ ਨਾਲ ਤੇ ਮੈਂ ਬੜਾ ਪਰੇਸ਼ਾਨ ਹਾਂ ਵੀ ਇਸ ਆਟੋ ਵਾਲੇ ਕਰਕੇ ਯਾਰ ਕਿ ਇੰਨਾ ਦੁਖੀ ਹੋਇਆ ਕਿ ਮੈਂ ਕਿਹਾ ਦਫਾ ਕਰ ਇਲੈਕਸ਼ਨ ਲੜਨੇ ਨਹੀਂ ਇੱਥੋਂ ਮੈਂ ਤੇ ਇੱਕ ਹਿਸਾਬ ਦਾ ਕੈਂਸਲ ਕੀਤਾ ਭਾਜੀ ਇੱਥੋਂ ਮਨ ਮੁੱਦਾ ਦੇਖੋ ਹੈਗਾ ਜੀ
ਇਦਾਂ ਦੇ ਬੰਦਿਆਂ ਨੇ ਜਿਹੜੇ ਆਮ ਵਿਚਾਰੇ ਗਰੀਬ ਬੰਦੇ ਆ ਉਹਨਾਂ ਦਾ ਜੀਣਾ ਹਰਾਮ ਕੀਤਾ ਇਦਾਂ ਦੇ ਬਦਮਾਸ਼ਾਂ ਨੇ। ਪਤਾ ਨਹੀਂ ਮੈਂ ਕਿਹੜੀ ਪਾਰਟੀ ਦਾ ਆਤਾ ਮੈਨੂੰ ਨੀ ਪਤਾ। ਪਰ ਹੁਣ ਲੋਕ ਸਭਾ ਦੀ ਜਿਹੜੀ ਤਿਆਰੀ ਤੁਸੀਂ ਕੀਤੀ ਸੀ? ਮੈਂ ਭਾਜੀ ਜਲੰਧਰ ਤੋਂ ਲੜੂੰਗਾ, ਮੈਂ ਸੋਚਿਆ ਸੀ ਕਿ ਮੈਂ ਅੰਮ੍ਰਿਤਸਰ ਦੇ ਵਿੱਚ ਜਾ ਕੇ ਆਪਣਾ ਬੰਦੇ ਖੜਾ ਕਰਾਂ ਜਾਂ ਗੱਲਬਾਤ ਕਰਾਂਗਾ, ਪਰ ਨਹੀਂ ਛੋਟਾ ਝਟਕਾ ਤੁਹਾਨੂੰ ਛੋਟਾ ਜਿਹਾ ਝਟਕਾ ਵੱਜਿਆ ਭਰਾਵਾ, ਸ਼ਾਂਤੀ ਰੱਖ। ਠੱਗੀ ਠੱਗੀ ਜਿਹੜੀ ਠੱਗੀ ਮਾਰੀ ਆ ਨਾ ਇਸ ਬੰਦੇ ਨੇ ਮਿਲਣਾ, ਮੈਨੂੰ ਆਹ ਚੌਂਕ ਤੱਕ ਲਿਜਾ ਕਹਿੰਦਾ ਬਸ 30 ਰੁਪਏ ਦੇ ਦਿਓ। ਬੰਦਿਆਂ ਨੂੰ ਫੋਨ ਕੀਤਾ ਲੋ ਆ ਗਏ ਬੰਦੇ, ਕਹਿੰਦਾ ਤੂੰ 100 ਰੁਪਏ ਦੇ। ਮੈਂ ਕਿਹਾ ਵੀ ਮੈਂ ਲੁੱਟ ਪਈ, ਮੈਂ ਨਵਾਂ ਨਹੀਂ ਆਇਆ ਇੱਥੇ, ਮੈਂ ਕੋ ਮੈਂ ਕਹਾ ਤੁਸੀਂ ਪ੍ਰਵਾਸੀ ਮਜ਼ਦੂਰ। ਮੈਂ ਮੂਰ ਮੂਰ ਪੱਟਿਆ ਗੰਭੀਰ ਮੁੱਦਾ ਹੈ, ਅਸੀਂ ਕਹਿੰਦੇ ਕਿ 30 ਰੁਪਏ ਕਹਿ ਕੇ ਕੀ ਪਤਾ ਤੁਹਾਨੂੰ ਕੁਝ ਜਾਨੂ ਮਾਰ ਦਿੰਦਾ, ਕੀ ਕਰਦੇ ਫਿਰ ਭਾਜੀ? ਮੈਂ ਤੇ ਤਾਂ ਹੀ ਕਿ ਲੋਕਾਂ ਨੂੰ ਕਹਿਣਾ ਹੈ ਕਿ ਆਟੋ ਵਾਲੇ ਤੋਂ ਬਚ ਕੇ ਜਿਹਦੇ ਬੰਦੇ ਨੇ ਬਹਿਣਾ ਉਹ ਬੰਦਾ ਗੱਲ ਕਰਕੇ ਬੈਠੇ, ਆਟੋ ਵਾਲੇ ਦਾ ਕਦੀ ਯਕੀਨ ਨਾ ਕਰੇ ਇਦਾਂ ਦੇ ਬੰਦਿਆਂ ਕਰਕੇ, ਖਾਸ ਇਦਾਂ ਦੇ ਬੰਦਿਆਂ ਕਰਕੇ। ਤੁਸੀਂ ਆਪਣੇ ਬਾਰੇ ਦੱਸਿਆ ਹੀ ਉਹਨੂੰ? ਮੈਂ ਭਾਈ ਦੱਸਿਆ, ਮੈਂ ਕਿਹਾ ਮੈਂ ਨੀੜੂ ਸ਼ਰਮਾ ਲਾਗੇ ਏੜੀ ਵਾਲਾ ਖੜਾ ਹੋਊ, 3-4 ਬੰਦੇ ਉਹਦੇ ਆ ਗਏ, ਉਹ ਕਹਿੰਦੇ ਪੈਸੇ ਨਹੀਂ ਦਿੰਦਾ ਤੂੰ। ਮੈਂ ਕਿਹਾ ਮੈਨੂੰ ਲੈ ਕੇ ਕਿੱਥੋਂ ਆਇਆ ਵੀ ਇਹ ਤਾਂ ਦੇਖੋ, ਭਾਈ ਦੱਸਿਆ ਮੈਂ ਕਿਹਾ ਮੈਂ ਨੀੜੂ ਸ਼ਰਮਾ ਵਾਲਾ, ਉਹ ਕਹਿੰਦਾ ਕੋਈ ਵੀ ਹੋਵੇ। ਮੈਂ ਕਿਹਾ ਵੀ ਇਹ ਤਾਂ ਕਹੀ ਜਾਂਦਾ ਪਿਆ। ਹਾਂ ਦੇਖੋ ਇਸ ਬੰਦੇ ਨੇ, ਮੈਂ ਜਾਣਾ ਸੀਗਾ ਭਾਜੀ ਇੱਥੇ ਅੰਮ੍ਰਿਤਸਰ ਤੇ ਆ ਸੀਗਾ, ਹਰੀਪੁਰੇ ਵਿੱਚ ਮੈਂ ਆਉਣਾ, ਛੋਟੇ ਹਰੀਪੁਰੇ ਜਾਣਾ ਸੀਗਾ ਮੈਂ। ਮੇਰਾ ਮਨ ਬਹੁਤ ਦੁਖੀ ਹੈ ਕਿ ਯਾਰ ਦਫਾ ਕਰ ਯਾਰ, ਕਿ ਬੇੜਾ ਗਰਕ ਹੋ ਗਿਆ ਸਾਰਾ ਯਾਰ, ਮਨ ਇਹਨਾਂ ਖਰਾਬ, ਇਹਨਾਂ ਦੇ ਆਟੋ ਵਾਲਿਆਂ ਨੇ ਬੰਦਿਆਂ ਨੇ ਨਾ ਵੀ ਬੇੜਾ ਗਰਕ ਕੀਤਾ ਵਾ, ਦੇਸ਼ ਦਾ ਸਿਸਟਮ ਖਰਾਬ ਕੀਤਾ ਵਾ। ਡੀਸੀ ਕਮਿਸ਼ਨਰ, ਏਡੀਸੀਪੀ, ਐਸਐਚਓ ਜਾਂ ਡੀਟੀਓ ਸਾਹਿਬ ਕੋਈ ਵੀ ਮੇਰੀ ਗੱਲ ਸੁਣਦੇ ਯਾਰ, ਲੋਕ ਆਮ ਬੰਦੇ ਲੋਕ ਸੁਣ ਰਹੇ ਆ,